वाहिगुरु जी जी का का खालसा, खालसा वाहिगुरु वाहिगुरु जी जी की की फतेह फतेह जी। जी। अज असी आए हैं जी श्री गुरु रामदास जी की पवित्र नगरी श्री अमृतसर साहिब विखे जी। अज आपां हरिमंदर साहिब नूं विजिट करांगे। पिछली वीडियो दे विच आपां पार्टीशन म्यूजियम अते जलियांवाला बाग दी वीडियो बनाई सी, आपां उत्थे गए सी। अज दी वीडियो दे विच आपां श्री हरिमंदर साहिब श्री दरबार साहिब दे दर्शन करांगे जी। बने रहो साडे नाल पूरी वीडियो दे एंड तक जी। ए है जी दरबार साहिब दा मेन गलियारा, बहुत ही सुंदर दिख इस गलियारे नूं दित्ती होई है जी, अते सफाई दा वी ध्यान रख्या होया जी। ਸਾਨੂੰ ਵੀ ਸਭ ਨੂੰ ਮਿਲ ਕੇ ਇਸ ਦੀ ਸਫਾਈ ਦੇ ਵਿੱਚ ਪੂਰਾ ਪੂਰਾ ਸਾਥ ਦੇਣਾ ਚਾਹੀਦਾ ਆ ਜੀ। ਫਾਊਂਟੇਨ ਲੱਗੇ ਹੋਏ ਨੇ, ਸਿਟਿੰਗ ਏਰੀਆ ਦਿੱਤਾ ਹੋਇਆ ਬੈਠਣ ਵਾਸਤੇ, ਪਲਾਂਟਿੰਗ ਕੀਤੀ ਹੋਈ ਆ ਬਹੁਤ ਜ਼ਿਆਦਾ ਜੀ, ਜਿਹੜੀ ਬਹੁਤ ਸੋਹਣਾ ਲੱਗਦਾ ਜੀ। ਪਹਿਲਾਂ ਆਪਾਂ ਜੋੜਾ ਜਮ੍ਹਾਂ ਕਰਾਉਂਦੇ ਹਾਂ ਜੀ ਉਰੇ। ਜੋੜਾ ਜਮ੍ਹਾਂ ਕਰਾਉਣ ਤੋਂ ਬਾਅਦ ਜੀ ਹੱਥ ਪੈਰ ਚੰਗੀ ਤਰ੍ਹਾਂ ਧੋ ਕੇ ਫਿਰ ਆਪਾਂ ਦਰਸ਼ਨਾਂ ਨੂੰ ਅੱਗੇ ਚੱਲਦੇ ਹਾਂ ਜੀ। ਅਸੀਂ ਨਾ ਅੱਜ ਜਦੋਂ ਦਰਬਾਰ ਸਾਹਿਬ ਨੂੰ ਆ ਰਹੇ ਸੀ ਦਰਸ਼ਨਾਂ ਲਈ ਜੀ, ਤਾਂ ਜਿਸ ਆਟੋ ਦੇ ਵਿੱਚ ਅਸੀਂ ਆ ਰਹੇ ਸੀ ਉਸ ਦੇ ਵਿੱਚ ਇੱਕ ਫੈਮਿਲੀ ਹੋਰ ਵੀ ਸਫ਼ਰ ਕਰ ਰਹੀ ਸੀ। ਉਹ ਨਾ ਸਾਡੇ ਨਾਲ ਬੇਰੀ ਸਾਹਿਬ ਬਾਰੇ ਪੁੱਛਣ ਲੱਗ ਗਈ ਸਾਨੂੰ ਵੀ ਉਹ ਕਿਹੜੀ ਬੇਰੀ ਆ ਜਿਹਦੇ ਥੱਲੇ ਇਸ਼ਨਾਨ ਕਰੀਦਾ ਆ। ਮੈਂ ਉਹਨਾਂ ਨੂੰ ਪੁੱਛਿਆ ਵੀ ਕੀ ਗੱਲ ਹੋ ਗਈ। ਉਹਨਾਂ ਨੇ ਨਾ ਆਪਣੀ ਬੇਟੀ ਦੀਆਂ ਬਾਹਾਂ ਅਤੇ ਲੱਤਾਂ ਸਾਨੂੰ ਦਿਖਾਈਆਂ, ਜਾਣੀ ਉਹਨਾਂ ਦੀ ਬੇਟੀ ਦੇ ਬਹੁਤ ਜ਼ਿਆਦਾ ਸਕਿੰਨ ਦੀ ਪ੍ਰੋਬਲਮ ਸੀਗੀ ਜੀ, ਚਮੜੀ ਦਾ ਰੋਗ ਸੀ ਉਹਨਾਂ ਦੀ ਬੇਟੀ ਨੂੰ। ਉਹ ਕਹਿੰਦੇ ਵੀ ਅਸੀਂ ਦਰਬਾਰ ਸਾਹਿਬ ਇਸ਼ਨਾਨ ਕਰਾਉਣ ਲਈ ਆਏ ਹਾਂ, ਵੀ ਸਾਨੂੰ ਕਈਆਂ ਨੇ ਕਿਹਾ ਵੀ ਤੁਸੀਂ ਇੱਕ ਵਾਰ ਦਰਬਾਰ ਸਾਹਿਬ ਜ਼ਰੂਰ ਜਾਓ, ਉੱਥੇ ਇਸ਼ਨਾਨ ਕਰਾ ਕੇ ਲੈ ਕੇ ਆਓ ਬੇਟੀ ਦਾ। ਤੁਸੀਂ ਯਕੀਨ ਮੰਨਿਓ, ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਹਰ ਰੋਜ਼ ਸੰਗਤਾਂ ਇਸ ਜਗ੍ਹਾ 'ਤੇ ਨਤਮਸਤਕ ਹੁੰਦੀਆਂ ਨੇ ਜੀ, ਆਪਣੀਆਂ ਮਨੋਕਾਮਨਾਵਾਂ ਲੈ ਕੇ ਆਉਂਦੀਆਂ ਨੇ, ਅਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਉਹਨਾਂ ਮਨੋਕਾਮਨਾਵਾਂ ਨੂੰ ਪੂਰੀਆਂ ਕਰਦੇ ਨੇ ਜੀ। ਤੁਸੀਂ ਵੀ ਆਪਣੇ ਪਰਿਵਾਰ ਨਾਲ, ਰਿਸ਼ਤੇਦਾਰਾਂ ਨਾਲ, ਫੈਮਿਲੀ ਨਾਲ ਇਸ ਸਥਾਨ 'ਤੇ ਜ਼ਰੂਰ ਆਓ ਜੀ, ਦਰਸ਼ਨ ਕਰੋ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਜੀ। ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਜੀ ਇਸ ਨਗਰ ਦੀ ਨੀਂਹ ਰੱਖੀ ਸੀ, ਜਿਸ ਨੂੰ ਅੱਜ ਕੱਲ੍ਹ ਸ਼੍ਰੀ ਅੰਮ੍ਰਿਤਸਰ ਸਾਹਿਬ ਕਿਹਾ ਜਾਂਦਾ ਹੈ ਜੀ। ਹੁਣ ਆਪਾਂ ਦਰਸ਼ਨ ਕਰ ਰਹੇ ਹਾਂ ਬੇਰ ਬਾਬਾ ਬੁੱਢਾ ਸਾਹਿਬ ਜੀ ਦੇ ਜੀ। ਬਾਬਾ ਬੁੱਢਾ ਜੀ ਇਸੇ ਬੇਰ ਹੇਠ ਬੈਠ ਅੰਮ੍ਰਿਤ ਸਰੋਵਰ ਅਤੇ ਹਰਿਮੰਦਰ ਸਾਹਿਬ ਦੀ ਸੇਵਾ ਕਰਵਾਇਆ ਕਰਦੇ ਸਨ। ਬਾਬਾ ਬੁੱਢਾ ਜੀ ਦਾ ਜਨਮ 7 ਕੱਤਕ 1563 ਬਿਕਰਮੀ ਜਾਂ 22 ਅਕਤੂਬਰ 1506 ਈਸਵੀ ਨੂੰ ਮਾਤਾ ਗੌਰਾ ਜੀ ਦੇ ਕੁੱਖੋਂ ਭਾਈ ਸੁੱਗਾ ਜੀ ਰੰਧਾਵਾ ਦੇ ਗ੍ਰਹਿ ਵਿਖੇ ਹੋਇਆ। ਆਪ ਦੇ ਪਿਤਾ 22 ਪਿੰਡਾਂ ਦੇ ਮਾਲਕ ਸਨ। ਆਪ ਜੀ ਦੀ ਮਾਤਾ ਗੌਰਾ ਬਹੁਤ ਹੀ ਭਜਨ ਬੰਦਗੀ ਵਾਲੀ ਇਸਤਰੀ ਸਨ, ਜਿਸ ਕਰਕੇ ਉਹਨਾਂ ਦੀ ਭਜਨ ਬੰਦਗੀ ਦਾ ਪ੍ਰਭਾਵ ਬਾਬਾ ਬੁੱਢਾ ਜੀ ਦੇ ਉੱਤੇ ਵੀ ਪਿਆ। ਗੁਰੂ ਸਾਹਿਬ ਨੇ 1577 ਵਿੱਚ ਇੱਥੇ ਅੰਮ੍ਰਿਤਸਰ ਅਤੇ ਸੰਤੋਖਸਰ ਨਾਂ ਦੇ 2 ਸਰੋਵਰਾਂ ਦੀ ਪੁਟਾਈ ਦਾ ਕੰਮ ਸ਼ੁਰੂ ਕਰਵਾਇਆ। ਉਹਨਾਂ ਦੇਖਿਆ ਕਿ ਗੋਬਿੰਦਵਾਲ ਸਾਹਿਬ ਵਿੱਚ ਰਹਿ ਕੇ ਪੁਟਾਈ ਦੇ ਕੰਮ ਦਾ ਨਿਰੀਖਣ ਕਰਨਾ ਔਖਾ ਹੋ ਰਿਹਾ ਸੀ, ਇਸ ਲਈ ਉਹਨਾਂ ਨੇ ਇੱਥੇ ਹੀ ਡੇਰਾ ਲਾ ਲਿਆ। ਕਈ ਸ਼ਰਧਾਲੂ ਲੋਕ ਵੀ ਇੱਥੇ ਆ ਕੇ ਗੁਰੂ ਜੀ ਕੋਲ ਰਹਿਣ ਲੱਗੇ ਅਤੇ ਇੱਥੇ ਹੀ ਵੱਸ ਗਏ। ਕੁਝ ਹੀ ਸਮੇਂ ਵਿੱਚ ਸਰੋਵਰ ਦੇ ਚਾਰੇ ਪਾਸੇ ਇੱਕ ਛੋਟਾ ਜਿਹਾ ਸ਼ਹਿਰ ਵੱਸ ਗਿਆ। ਇਸ ਨੂੰ ਰਾਮਦਾਸਪੁਰਾ ਜਾਂ ਚੱਕ ਰਾਮਦਾਸ ਦਾ ਨਾਮ ਦਿੱਤਾ ਗਿਆ। ਗੁਰੂ ਜੀ ਇਸ ਸ਼ਹਿਰ ਨੂੰ ਹਰ ਤਰ੍ਹਾਂ ਆਤਮ ਨਿਰਭਰ ਬਣਾਉਣਾ ਚਾਹੁੰਦੇ ਸਨ, ਇਸ ਲਈ ਗੁਰੂ ਜੀ ਨੇ ਇੱਥੇ ਇੱਕ ਬਾਜ਼ਾਰ ਦੀ ਸਥਾਪਨਾ ਕਰਾਈ, ਜਿਸ ਨੂੰ ਅੱਜ ਕੱਲ੍ਹ ਗੁਰੂ ਕਾ ਬਾਜ਼ਾਰ ਕਹਿੰਦੇ ਹਨ। ਸ਼੍ਰੀ ਗੁਰੂ ਰਾਮਦਾਸ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਸਰੋਵਰ ਦੇ ਵਿਚਕਾਰ ਹਰਿਮੰਦਰ ਸਾਹਿਬ ਦਾ ਨਿਰਮਾਣ ਕਰਵਾਇਆ। ਇਸ ਦਾ ਨੀਂਹ ਪੱਥਰ 1588 ਈਸਵੀ ਵਿੱਚ ਪ੍ਰਸਿੱਧ ਸੂਫੀ ਸੰਤ ਸਾਈਂ ਮੀਆਂ ਮੀਰ ਜੀ ਦੁਆਰਾ ਗੁਰੂ ਅਰਜਨ ਦੇਵ ਜੀ ਨਿਗਰਾਨੀ ਹੇਠ ਰੱਖਿਆ ਗਿਆ। ਗੁਰੂ ਜੀ ਇਸ ਦੇ ਚਾਰੇ ਪਾਸੇ ਇੱਕ ਇੱਕ ਦਰਵਾਜ਼ਾ ਬਣਾਉਣਾ ਚਾਹੁੰਦੇ ਸਨ। ਇਹ ਦਰਵਾਜ਼ੇ ਇਸ ਗੱਲ ਦੇ ਪ੍ਰਤੀਕ ਹਨ ਕਿ ਇਹ ਸਥਾਨ ਸਾਰੀਆਂ ਜਾਤਾਂ ਅਤੇ ਧਰਮਾਂ ਦੇ ਲੋਕਾਂ ਲਈ
ਬਰਾਬਰ ਰੂਪ ਵਿੱਚ ਖੁੱਲ੍ਹਾ ਹੈ। ਹਰਿਮੰਦਰ ਸਾਹਿਬ ਦਾ ਨਿਰਮਾਣ ਕੰਮ ਭਾਈ ਬੁੱਢਾ ਜੀ ਦੀ ਨਿਗਰਾਨੀ ਵਿੱਚ 1601 ਵਿੱਚ ਪੂਰਾ ਹੋਇਆ। 1604 ਈਸਵੀ ਵਿੱਚ ਹਰਿਮੰਦਰ ਸਾਹਿਬ ਵਿੱਚ ਆਦਿ ਗ੍ਰੰਥ ਸਾਹਿਬ ਦੀ ਸਥਾਪਨਾ ਕੀਤੀ ਗਈ ਅਤੇ ਭਾਈ ਬੁੱਢਾ ਜੀ ਉੱਥੋਂ ਦੇ ਪਹਿਲੇ ਗ੍ਰੰਥੀ ਬਣੇ। ਹੁਣ ਆਪਾਂ ਦਰਸ਼ਨ ਕਰ ਰਹੇ ਹਾਂ ਦੁੱਖ ਭੰਜਨੀ ਬੀਰੀ ਸਾਹਿਬ ਜੀ ਦੇ। ਜੀ ਇਹ ਉਹੀ ਸਥਾਨ ਹੈ ਜਿੱਥੇ ਬੀਬੀ ਰਜਨੀ ਜੀ ਦੇ ਪਤੀ ਦਾ ਇਸ਼ਨਾਨ ਕਰਨ ਨਾਲ ਕੋੜ ਦੂਰ ਹੋਇਆ ਸੀ। ਹੁਣ ਇਸ ਸਥਾਨ 'ਤੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ। ਜੀ ਹਜ਼ਾਰਾਂ ਦੀ ਗਿਣਤੀ ਵਿੱਚ ਰੋਜ਼ ਸੰਗਤਾਂ ਇਸ ਸਥਾਨ 'ਤੇ ਨਤਮਸਤਕ ਹੁੰਦੀਆਂ ਹਨ। ਜੀ ਹੁਣ ਆਪਾਂ ਦਰਸ਼ਨ ਕਰ ਰਹੇ ਹਾਂ ਥੜਾ ਸਾਹਿਬ ਜੀ ਦੇ। ਜੀ ਇਹ ਦੁੱਖ ਭੰਜਨੀ ਬੀਰੀ ਸਾਹਿਬ ਦੇ ਨਾਲ ਹੀ ਬਣਿਆ ਹੋਇਆ ਹੈ। ਇਹ ਉਹੀ ਸਥਾਨ ਹੈ ਜਿੱਥੇ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਬੈਠ ਕੇ ਅੰਮ੍ਰਿਤ ਸਰੋਵਰ ਦਾ ਕੰਮ ਕਰਵਾਉਂਦੇ ਸਨ ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਇਸ ਜਗ੍ਹਾ 'ਤੇ ਹੀ ਬੈਠ ਕੇ ਅੰਮ੍ਰਿਤ ਸਰੋਵਰ ਅਤੇ ਹਰਿਮੰਦਰ ਸਾਹਿਬ ਨੂੰ ਪੱਕਾ ਕਰਾਉਣ ਦਾ ਕੰਮ ਕਰਵਾਇਆ ਸੀ। ਜੀ ਆਪਾਂ ਸਭ ਨੇ ਮਿਲ ਕੇ ਦਰਸ਼ਨ ਕਰ ਲਏ ਹਨ। ਜੀ ਹੁਣ ਆਪਾਂ ਚੱਲਦੇ ਹਾਂ ਗੁਰੂ ਕੇ ਲੰਗਰਾਂ ਵੱਲੋਂ ਜੀ, ਜਿੱਥੇ ਆਪਾਂ ਆਪਣੀ ਲੋੜ ਅਨੁਸਾਰ ਪ੍ਰਸ਼ਾਦਾ ਪਾਣੀ ਛਕ ਸਕਦੇ ਹਾਂ। ਜੀ ਆਪਾਂ ਸਭ ਨੇ ਮਿਲ ਕੇ ਇਸ ਸਥਾਨ ਦੇ ਦਰਸ਼ਨ ਕਰ ਲਏ ਹਨ। ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤਾਂ ਕਿ ਸਾਨੂੰ ਮੋਟੀਵੇਸ਼ਨ ਮਿਲ ਸਕੇ। ਕਮੈਂਟ ਵਿੱਚ ਵਾਹਿਗੁਰੂ ਜੀ ਲਿਖਣਾ ਨਾ ਭੁੱਲਿਓ ਜੀ। ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦਬਾ ਦਿਓ। ਜੀ ਮਿਲਾਂਗੇ ਨਵੇਂ ਸਥਾਨ 'ਤੇ ਨਵੀਂ ਵੀਡੀਓ ਦੇ ਨਾਲ। ਜੀ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ